ਸਤਿ ਸ਼੍ਰੀ ਅਕਾਲ ਜੀ ਕਿਸਾਨ ਦੋਸਤੋ, ਝੋਨੇ ਦੀ ਪਰਾਲੀ ਦਾ ਜਿਹੜੀ ਰਹਿੰਦ ਖੂੰਹਦ ਆ ਉਹਦਾ ਪ੍ਰਬੰਧਨ ਆਪਾਂ ਇਨਸੀਟੂ ਵਿੱਚ ਹੀ ਵਾ ਕੇ ਕਿਸ ਢੰਗ ਨਾਲ ਕਰਨਾ ਉਹਦੇ ਬਾਬਤ ਅੱਜ ਆਪਾਂ ਗੱਲਬਾਤ ਕਰਨ ਲਈ ਮੇਰੇ ਨਾਲ ਹੈਗਾ ਵਧੂ ਕਿਸਾਨ ਸਰਦਾਰ ਭੁਪਿੰਦਰ ਸਿੰਘ, ਪਿੰਡ ਸਲੋਦੀ, ਬਲਾਕ ਸਮਰਾਲਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਜਿਹੜਾ ਤੁਸੀਂ ਆਲੂਆਂ ਦੀ ਕਾਸ਼ਤ ਲਗਾਤਾਰ ਭੁਪਿੰਦਰ ਜੀ ਤੁਸੀਂ ਕਰ ਰਹੇ ਹੋ ਵੀ ਪਰਾਲੀ ਨੂੰ ਵਿੱਚ ਵਾਹ ਕੇ, ਹਾਂਜੀ ਹਾਂਜੀ, ਇਹਦਾ ਤੁਹਾਨੂੰ ਕਿੰਨਾ ਕੁ ਫਾਇਦਾ ਮਿਲ ਰਿਹਾ ਝਾੜ ਦੇ ਵਿੱਚ ਅਤੇ ਆਲੂਆਂ ਦੀ ਕੁਆਲਿਟੀ? ਇਹ ਆਪਾਂ ਜਦੋਂ ਜੀ ਅੱਗ ਤਾਂ ਮਤਲਬ ਕਈ ਸਾਲ ਪਹਿਲਾਂ ਦੀ ਬੰਦ ਕਰੀ ਹੋਈ ਆ ਜੀ ਲਾਉਣੀ, ਤੇ ਗੱਠਾ ਬਣਾਉਂਦੇ ਸੀਗੇ, ਤੇ ਹੁਣ 2 ਸਾਲ ਦਾ ਜੀ ਆਪਾਂ ਇਹ ਕਰਨ ਲੱਗੇ ਆ। ਜਿਹੜੀ ਇਹ ਚੀਜ਼ ਨਾਲ ਆ ਜੀ, ਇਹਦੇ ਨਾਲ ਆਲੂ ਦੀ ਬੇਲ ਨਹੀਂ ਛੇਤੀ ਮਰਦੀ ਹੈਗੀ, ਬੇਲ ਲੰਬਾ ਟਾਈਮ ਖੜੂਗੀ ਤਾਂ ਝਾੜ ਵੀ ਵੱਧਦਾ ਹੈ। ਵੱਟ ਦੇ ਵਿੱਚ ਪਰਾਲੀ ਵਿੱਚ ਪਾਉਣ ਨਾਲ ਵੱਟ ਪਲਿਆਈ 'ਚ ਰਹਿੰਦੀ, ਆਲੂ ਦਾ ਝਾੜ ਵੱਧਦਾ, ਰੰਗ ਰੂਪ ਆਲੂ ਦਾ ਵਧੀਆ ਨਿਕਲਦਾ ਜੀ। ਠੀਕ ਹੈ ਜੀ। ਅਤੇ ਹੁਣ ਜਿਵੇਂ ਆਪਾਂ ਗੱਲ ਕਰਦੇ ਹਾਂ ਵੀ ਜ਼ਿਆਦਾ ਬਾਰਿਸ਼ ਹੁੰਦੀ ਆ, ਪਾਣੀ ਨਾਲ ਕਈ ਵਾਰ ਆਲੂ ਦਾ ਨੁਕਸਾਨ ਹੁੰਦਾ, ਇਹਨਾਂ ਖੇਤਾਂ 'ਚ ਕੋਈ ਫਾਇਦਾ ਰਹਿੰਦਾ? ਪਾਣੀ ਤਾਂ ਜੇ ਬਿਲਕੁਲ ਨਹੀਂ ਖੜਦਾ ਜੀ, ਪਾਣੀ ਬਹੁਤ ਜ਼ਿਆਦਾ, ਇਹਦੇ ਨਾਲ ਪਲਾਓ ਹੋਣ ਨਾਲ ਪਰਾਲੀ ਵਿੱਚ ਬਹਿਣ ਨਾਲ ਜੀ ਆਲੂ ਦੀ ਮਤਲਬ ਰੰਗ ਰੂਪ ਵਧਾ, ਪਾਣੀ ਖਾਣ ਦੀ ਸਮਰੱਥਾ ਵੱਧ ਜਾਂਦੀ ਹੈ, ਪਾਣੀ ਨਹੀਂ ਖੜਦਾ ਹੈਗਾ ਜੀ, ਆਲੂ ਕੋਈ ਗਲਣ ਦੀ ਸਮੱਸਿਆ ਨਹੀਂ ਆਉਂਦੀ ਹੈਗੀ। ਠੀਕ ਹੈ। ਅਤੇ ਪਲਿਆਈ ਪੈ ਜਾਂਦੀ ਖੇਤ, ਵੱਟ ਦੇ ਵਿੱਚ ਪਰਾਲੀ ਵਿੱਚ ਆ ਜਾਂਦੀ ਹੈ ਜੀ, ਪਲਿਆਈ ਰਹਿੰਦੀ ਹੈ। ਅਤੇ ਤੁਸੀਂ 2-3 ਸਾਲਾਂ ਤੋਂ ਜੇ ਕਰ ਰਹੇ ਹਾਂ ਆਪਾਂ, ਤੁਸੀਂ ਝਾੜ 'ਚ ਦੇਖਿਆ ਵੀ ਝਾੜ 'ਚ ਕਿੰਨਾ ਕੁ ਵਾਧਾ ਹੋਇਆ ਆਪਣਾ? ਝਾੜ ਵੱਧਦਾ ਜੀ, ਬੜੇ ਤੱਤ ਨੇ ਜਿਵੇਂ ਬਣ ਕੇ ਵੱਢ ਦੇ ਪਲਿਆਈ ਰਹਿਣ ਨਾਲ ਜੀ ਆਲੂ ਆਟੋਮੈਟਿਕ ਪੂਲੀ ਬੜ ਦੇ ਵਿੱਚ ਸਾਈਜ਼ ਵੱਧਦਾ ਜੀ। ਅਤੇ ਬਹੁਤੇ ਕਿਸਾਨ ਵੀਰ ਜਿਵੇਂ ਆਪਾਂ ਕਹਿੰਦੇ ਹਾਂ ਵੀ 1500-2000 ਦਾ ਡੀਜ਼ਲ, ਉਹਦੇ 'ਚ ਤੁਸੀਂ ਤੁਹਾਨੂੰ ਕੀ ਲੱਗਦਾ ਵੀ ਰਵਾਇਤੀ ਢੰਗ ਨਾਲ ਗੱਠਾਂ ਬਣਾਈਏ ਜਾਂ ਫਿਰ ਹੋਰ ਕੋਈ, ਵੀ ਇਹਦੇ 'ਚ ਡੀਜ਼ਲ ਕਿੰਨਾ ਕੁ ਵੱਧ ਲੱਗਦਾ? ਡੀਜ਼ਲ ਦਾ ਆਪਾਂ ਜ਼ਿਆਦਾ ਤਾਂ ਨਹੀਂ, ਚਲੋ 1000-1200 ਦਾ ਖਰਚ ਹੋਊਗਾ, ਪਰ ਆਪਾਂ ਨੂੰ ਬੈਨੀਫਿਟ ਜ਼ਿਆਦਾ ਨੇ ਜੀ ਉਹਦੇ ਨਾਲੋਂ ਤਾਂ। ਪਰ ਥੋੜ੍ਹੀ ਇੱਕ ਚੀਜ਼ ਹੈਗੀ, ਥੋੜ੍ਹੀ ਜਿਹੀ ਮਿਹਨਤ ਲੱਗਦੀ ਹੈ ਜੀ, ਅਤੇ ਮਿਹਨਤ ਲੱਗਦੀ ਆ, ਖਰਚਾ ਨਹੀਂ ਜ਼ਿਆਦਾ, ਮਿਹਨਤ ਜ਼ਰੂਰ ਲੱਗਦੀ ਹੈ ਜੀ, ਮਿਹਨਤ ਆਉਂਦੀ ਹੈ ਥੋੜ੍ਹੀ। ਖਾਦਾਂ ਦਾ ਖਰਚਾ ਕੁਛ ਘਟਿਆ ਅੱਗੇ ਨਾਲੋਂ, ਵੀ ਤੁਸੀਂ ਡਾਇਆ ਕਢਾਇਆ ਕੁਛ? ਹਾਂ ਜੀ, ਹੁਣ ਜਿਵੇਂ ਨਾਲ ਆਪਾਂ ਕੇਰਦੇ ਹਾਂ ਜੀ, ਇੱਕ ਥੈਲਾ ਪਹਿਲਾਂ ਜਿਵੇਂ 5 ਪਾਉਂਦੇ ਸੀ, ਹੁਣ 3.5-4 ਦੇ ਲਗਭਗ ਜੀ ਘਟਾ ਤਾ, ਪਟਾਸ਼ ਘਟਾ ਦੇ ਜੀ। ਕਈ ਕਿਸਾਨ ਮੈਨੂੰ ਕਹਿੰਦੇ ਨੇ ਵੀ ਤੁਸੀਂ ਐਵੇਂ ਕਹਿ ਦਿੰਦੇ ਹੋ ਖਾਦਾਂ ਦਾ ਖਰਚਾ ਨਹੀਂ ਘਟਦਾ ਹੈਗਾ, ਇਹ ਬੰਦਾ ਜਦੋਂ ਕਰਕੇ ਜੀ ਫਿਰ ਪਤਾ ਲੱਗਦਾ, ਜਦੋਂ ਮਤਲਬ ਦੂਜੇ ਦੀ ਗੱਲ ਦੇ ਘੱਟ ਚ ਗਈ, ਆਪ ਕਰਕੇ ਫਿਰ ਦੇਖੋ ਜੀ, ਫਿਰ ਵਾਕਈ ਹੀ ਲੱਗਦਾ ਘੱਟਦਾ ਖਰਚਾ, ਪਟਾਸ਼ ਤੇ DAP ਦਾ ਖਰਚਾ ਘੱਟਦਾ। ਹਾਂ ਜੀ, ਘੱਟਦਾ, ਬਾਕੀ ਕੁਆਲਿਟੀ ਆਲੂ ਦੀ ਬਣਦੀ ਆ ਜੀ, ਕੁਆਲਿਟੀ ਵਧੀਆ, ਝਾੜ ਵੱਧਦਾ ਇਹ। ਠੀਕ ਹੈ। ਅਸੀਂ ਇੱਕ ਗੱਲ ਆ ਜੀ, ਥੋੜ੍ਹੀ ਜਿਹੀ ਮਿਹਨਤ ਲੱਗਦੀ ਹੈ ਇਹਨੂੰ ਕਰਨ 'ਤੇ, ਕਟਰ ਮਾਰਿਆ ਗੱਠਾ ਬਣਾਤੀ, ਥੋੜ੍ਹਾ ਜਿਹਾ ਥੋੜ੍ਹਾ ਸੌਖਾ ਹੋ ਜਾਂਦਾ, ਇਹ 'ਚ ਜ਼ਰੂਰ ਆ ਵੀ ਥੋੜ੍ਹੀ ਜਿਹੀ ਮਿਹਨਤ ਲੱਗਦੀ ਹੈ ਜੀ, ਮਿਹਨਤ ਹੋ ਕੇ। ਜਿਹੜੀ ਹੋਰ ਜੇ ਮੈਂ ਹੋਰ ਫਸਲ ਦੀ ਆਉਣ ਵਾਲੇ ਸੀਜ਼ਨ ਦੀ ਗੱਲ ਕਰਾਂ, ਵੀ ਬਾਕੀ ਫਸਲਾਂ 'ਤੇ ਵੀ ਕੋਈ ਅਸਰ ਪਿਆ ਝਾੜ 'ਤੇ ਵੀ ਪਿਛਲੇ ਸਾਲਾਂ ਨਾਲੋਂ ਜਦੋਂ ਦੀ ਪਰਾਲੀ ਵਿੱਚ ਵਾਹ ਰਹੀ? ਜੀਰੀ ਐਤਕੀ ਅਸੀਂ ਪਿਛਲੇ ਸਾਲ ਲੈਣ ਦੀ ਵਿੱਚ ਵਾਹੀ ਹੈ ਜੀ, ਜੀਰੀ ਦਾ ਐਤਕੀ ਬਹੁਤ ਜ਼ਿਆਦਾ ਜਾਣੀ ਸੀ, ਮੱਲੀਆ ਜੀਰੀ ਦਾ ਰੁੱਖ ਬਹੁਤ ਸੋਹਣਾ ਸੀ, ਵਧੀਆ ਖੜੀ ਜੀਰੀ ਜੀ, ਪਰਾਲੀ ਦਾ ਬੈਨੀਫਿਟ ਦੇਖਣ ਨੂੰ ਦਿਖਦਾ ਸੀਗਾ ਵੀ ਹਾਂ ਪਰਾਲੀ ਦਾ ਕਾਰਨ ਹੈਗਾ ਵਿੱਚ ਵਾਹੀ ਦਾ ਜੀ ਇਹ। ਠੀਕ ਹੈ ਜੀ, ਯਾਨੀ ਹੋਰ ਫਸਲਾਂ 'ਤੇ ਵੀ ਵਧੀਆ ਦਿੰਦਾ? ਹਾਂ ਜੀ, ਹਾਂ ਪਤਾ ਲੱਗਦਾ ਜੀ, ਚਲੋ ਠੀਕ ਹੈ ਜੀ, ਧੰਨਵਾਦ। ਕਿਸਾਨ ਵੀਰੋ, ਇਹ ਸਨ ਹੈਗਾ ਵਧੂ ਕਿਸਾਨ ਸਰਦਾਰ ਭੁਪਿੰਦਰ ਸਿੰਘ ਜੀ, ਪਿੰਡ ਸਲੋਦੀ ਤੋਂ। ਤੁਸੀਂ ਦੇਖ ਸੁਣੇ ਹੀ ਹੈ ਵੀ ਕਿਵੇਂ ਜੇ ਆਪਣਾ ਦਿਨ ਪਰ ਦਿਨ ਖਾਦਾਂ ਦਾ ਖਰਚਾ ਤਾਂ ਘੱਟ ਹੀ ਰਿਹਾ, ਝਾੜ 'ਤੇ ਵੀ ਪੋਜ਼ਿਟਿਵ ਇੰਪੈਕਟ, ਝਾੜ ਵੱਧ ਰਿਹਾ ਆਪਣਾ ਹਾੜੀ ਸੋਣੀ ਦੇ ਵਿੱਚ, ਅਤੇ ਜਿਹੜਾ ਬੇਮੌਸਮੀ ਬਾਰਿਸ਼ ਦੇ ਕਰਕੇ ਫਸਲ ਕੋਈ ਖਰਾਬ ਹੁੰਦੀ ਆ, ਉਹ ਵੀ ਪਾਣੀ ਸੋਖਣ ਦੀ ਸਮਰੱਥਾ ਜਿਹੜੀ ਜ਼ਮੀਨ ਦੀ ਉਹ ਵੱਧਦੀ ਆ, ਮਿੱਟੀ ਦੀ ਸਿਹਤ ਬਣੀ ਰਹਿੰਦੀ ਹੈ, ਮਿੱਟੀ ਜਿਹੜੀ ਜ਼ਰੂਰੀ ਹੈ, ਸਭ ਤੋਂ ਮਿੱਟੀ ਦੀ ਸਿਹਤ ਬਣਾ ਕੇ ਰੱਖਣਾ ਜੀ, ਉਹ ਬਹੁਤ ਜ਼ਰੂਰੀ ਹੈ। ਅਤੇ ਇਸ ਲਈ ਕਿਸਾਨ ਵੀਰੋ, ਜਿਹੜੇ ਵੀ ਕਿਸਾਨ ਵੀਰ ਜਿੱਥੇ ਸੁਭਾਵਾਂ 'ਚ ਸੰਦ ਅਵੇਲੇਬਲ ਨੇ, ਮੈਂ ਉਹਨਾਂ ਨੂੰ ਅਪੀਲ ਕਰਦਾ ਵੀ ਆਪਾਂ ਪਰਾਲੀ ਦਾ ਪ੍ਰਬੰਧਨ ਵਿੱਚ ਵਾਹ ਕੇ ਕਰੀਏ, ਇਹਦੇ ਨਾਲ ਸਾਡੀ ਉਪਜਾਊ ਸ਼ਕਤੀ ਵਧੂਗੀ ਅਤੇ ਝਾੜ ਵੀ ਵਧੂਗਾ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।